ਬਸ ਜਨਾਬ ਨਾਜ਼ਰੀਨ ਤੁਸੀਂ ਸਾਡੇ ਨਾਲ ਪਹਿਲੇ ਵੀ ਟੈਸ਼ਨ ਵੇਖਦੇ ਆ ਅੱਜ ਤੁਹਾਨੂੰ ਤਾਜ਼ੀ ਵੀਡੀਓ ਨਵੀਂ ਵੀਡੀਓ ਬਣਾਵਾਂਗੇ ਮਾਰ ਰਸ਼ੀ ਦੇ ਕੋਲ ਜਾ ਰਹੇ ਹਾਂ ਵੀਡੀਓ ਹਰ ਸਾਲ ਬਣਾਉਂਦੇ ਹਾਂ ਤੁਹਾਨੂੰ ਪਤਾ ਸਟ੍ਰਾਬਰੀ ਦੀ ਵੀਡੀਓ ਬਣਾਈ ਦੀ ਹੈ ਆਲੂ ਸਲਾਮ ਅਲੈਕਮ ਜਿਹੜੇ ਸਾਨੂੰ ਸਾਰੇ ਵੇਖਦੇ ਨੇ ਉਹਨਾਂ ਵਾਸਤੇ ਅਰਸ਼ੀ ਭਾਈ ਖੁਰਮ ਭਾਈ ਅਸ਼ਰਫ ਭਾਈ ਮੌਸਮ ਸਾਹਿਬ ਫੈਸਲਾਬਾਦ ਵਾਲੇ ਸਾਰਿਆਂ ਨੂੰ ਸਲਾਮ ਅਲੈਕਮ ਚਲੋ ਜੀ ਹੁਣ ਚੱਲਦੇ ਹਾਂ ਵੀਡੀਓ ਵਾਸਤੇ ਅਰਸ਼ੀ ਕੋ ਕਿਹੜੀ ਸ਼ਾਇਦ ਵੀਡੀਓ ਬਣਾਉਣੀ ਅਰਸ਼ੀ ਭਾਈ ਕੋਲੋਂ ਬਣਾਵਾਂਗੇ ਫਿਲਹਾਲ ਸਟ੍ਰਾਬਰੀ ਤਿਆਰ ਹੈਗੀ ਹੈ ਉਹ ਭਾਈ ਮਿੱਠੂ ਹਲੀ ਮਾਰੇ ਉਹਨਾਂ ਨੂੰ ਸਲਾਮ ਦਿੰਦੇ ਆ ਜਿਹੜੇ ਵੀ ਸਾਨੂੰ ਵੇਖਦੇ ਨੇ ਪਿਆਰ ਮੁਹੱਬਤ ਵਾਲਾ ਭਾਈ ਰਮਜ਼ਾਨ ਹਾਸ਼ਮੀ ਸਾਹਿਬ ਅਸ਼ਰਫ ਸਾਹਿਬ ਸਾਰਿਆਂ ਨੂੰ ਸਾਡਾ ਪਿਆਰ ਹੈ ਸਲਾਮ ਬਾਕੀ ਅਸੀਂ ਜਾ ਰਹੇ ਹਾਂ ਸਟ੍ਰਾਬਰੀ ਦੀ ਵੀਡੀਓ ਬਣਾਉਣੀ ਹੈ ਅਜ਼ੀਮ ਭਾਈ ਤੇ ਮੈਂ ਤੇ ਅਰਸ਼ੀ ਭਾਈ ਕੋ ਜਾ ਕੇ ਅੱਜ ਦਾ ਵਲੌਗ ਹੋਣਾ ਹੈ ਭਾਈ ਅਸੀਂ ਤੁਹਾਨੂੰ ਦਿਖਾਣੀ ਹੈ ਸਟ੍ਰਾਬਰੀ ਦੀ ਫਸਲ ਉਹਦੀ ਤਿਆਰ ਹੈ ਮੰਡੀ ਜਾ ਰਹੀ ਹੈ ਤੇ ਉਹਦੇ ਬਾਰੇ ਥੋੜੀ ਜਿਹੀ ਤੁਹਾਨੂੰ ਨਾ ਤੁਸੀਂ ਸਟ੍ਰਾਬਰੀ ਵਾਲੀ ਵੀਡੀਓ ਹੋਰੀ ਕਾਫੀ ਦੇਖੀ ਹੋਣਗੀਆਂ ਲੇਕਿਨ ਅਸੀਂ ਆਪਣੇ ਤਰੀਕੇ ਨਾਲ ਤੁਹਾਨੂੰ ਦਿਖਾਣੀ ਹੈ ਤੇ ਇਨਸ਼ਾਅੱਲਾ ਵੀਡੀਓ ਪੂਰੀ ਦੇਖਣਾ ਮਜ਼ਾ ਆਏਗਾ ਤੇ ਇੱਕ ਵਾਰੀ ਫਿਰ ਦਰਖਾਸਤ ਹੈ ਜਿਹੜੇ ਭਾਈ ਸਾਡੇ ਚੈਨਲ ਤੇ ਨਵੇਂ ਆ ਗਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਰੀ ਵੀਡੀਓ ਦੇਖਿਆ ਕਰੋ ਵਾਲੇਕੁਮ ਅਸਲਾਮ ਜਨਾਬ ਠੀਕ ਹੈ ਠੀਕ ਹੋ ਹੋਰ ਅਰਸ਼ੀ ਸਾਹਿਬ ਹੈ ਜੀ ਅਰਸ਼ੀ ਸਾਹਿਬ ਕੋਲ ਆ ਗਏ ਅਸੀਂ ਬੜੇ ਦਿਨ ਬਾਅਦ ਅਰਸ਼ੀ ਸਾਹਿਬ ਤਾਂ ਈਦ ਦੇ ਚਾਂਦੀ ਬਣ ਗਏ ਤੁਸੀਂ ਬਾਈ ਜਾਨ ਨਾ ਉਹ ਸੈਡਲ ਬਾਈ ਨੇ ਕੋ ਨਹੀਂ ਸਰਦੀ ਸਵੇਰ ਸਵੇਰ ਜਾ ਨਹੀਂ ਹੁੰਦਾ ਬਾਈ ਜਾਨ ਇਹ ਸਾਰੀਆਂ ਦੇ ਦਾ ਭਾਈ ਰਮਜ਼ਾਨ ਸਾਹਿਬ ਵੇਖ ਲਓ ਤਾਜ਼ੀਆਂ ਸਟ੍ਰਾਬਰੀਆਂ ਕੋਈ ਨਹੀਂ ਲੈਕ ਤੁਸੀਂ ਕੋਈ ਨਹੀਂ ਕਰਨਾ ਸਟ੍ਰਾਬਰੀਆਂ ਵੇਖ ਲਓ ਨਾਲ ਆਂਦੇ ਤੇ ਖਾ ਵੀ ਲੈਂਦੇ ਤੁਸੀਂ ਭਾਈ ਰਮਜ਼ਾਨ ਕਬਾੜੀਆ ਸਾਹਿਬ ਹੈ ਇਧਰ ਵੇਖ ਲਓ ਮੇਰੇ ਹਲਵੀ ਅਸੀਂ ਭਾਈ ਜਾਨ ਅਰਸ਼ੀ ਭਾਈ ਕੋਲ ਪਹੁੰਚ ਚੁੱਕੇ ਹਾਂ ਇਹਦੇ ਪਿੰਡ ਦੇ ਵਿੱਚ ਤੇ ਸਾਡੇ ਅਰਸ਼ੀ ਭਾਈ ਨੇ ਅੱਗੇ ਵੀ ਪਹਿਲਾਂ ਵੀ ਇਹਦੀ ਦੋ ਤਿੰਨ ਵੀਡੀਓ ਚ ਆ ਚੁੱਕੇ ਨੇ ਤੇ ਸਟ੍ਰਾਬਰੀ ਅਰਸ਼ੀ ਭਾਈ ਨੇ ਸਟ੍ਰਾਬਰੀ ਲਾਈ ਅਰਸ਼ੀ ਭਾਈ ਕਿੰਨੇ ਕਿੱਲੇ ਲਾਈ ਹੈ ਸਟ੍ਰਾਬਰੀ ਇਹ ਭਾਈ ਜੀ ਨੇ ਇਸ ਵਾਰੀ 2 ਕਿੱਲੇ ਲਾਈ ਹੈ ਜਨਾਬ ਤੇ 2 ਕਿੱਲੇ ਪਹਿਲੇ ਪਿਛਲੀ ਦਫਾ ਪਰਲੀ ਸਾਈਡ ਤੇ ਲਾਈ ਸੀ ਇਹ ਹਰ ਸਾਲ ਜਗ੍ਹਾ ਚੇਂਜ ਕਰਨੀ ਪੈਂਦੀ ਹੈ ਨਾ ਜੀ ਜੀ ਕਿਉਂਕਿ ਹਰ ਸਾਲ ਜਗ੍ਹਾ ਚੇਂਜ ਕਰਨ ਨਾਲ ਨਾ ਅਗਰ ਉਹ ਪਿਛਲੇ ਸਾਲ ਵਾਲੇ ਰਕਬੇ ਤੇ ਅਗਰ ਸਟ੍ਰਾਬਰੀ ਲਵੇ ਮੋੜੋ ਸਾਈਜ਼ ਮੋਟੀ ਨਹੀਂ ਹੁੰਦੀ ਅਗਰ ਹਰ ਸਾਲ ਰਕਬਾ ਚੇਂਜ ਕਰੀਵੇ ਤੇ ਮੋੜ ਮਾਸ਼ਾਅੱਲਾ ਨਾ ਸਾਈਜ਼ ਕਾਫੀ ਬਣਾ ਜਾਂਦੀ ਸਹੀ ਹੈ ਤੇ ਅਰਸ਼ੀ ਭਾਈ ਹੁਣ ਫਲ ਸ਼ੁਰੂ ਹੋਇਆ ਕਿੰਨੇ ਦਿਨ ਤੋਂ ਫਲ ਸ਼ੁਰੂ ਹੋਇਆ ਤਕਰੀਬਨ ਭਾਈ ਜਨ ਹੋ ਗਏ 10-15 ਦਿਨ ਹੋ ਗਏ ਜੀ ਤੇ ਮਾਸ਼ਾਅੱਲਾ ਸਟ੍ਰਾਬਰੀ ਵਾਸਤੇ ਫੁੱਲ ਵੀ ਤੁਹਾਨੂੰ ਨਜ਼ਰ ਆ ਰਹੇ ਫਲ ਬਹੁਤ ਹੈ ਮਾਸ਼ਾਅੱਲਾ ਅੱਲਾ ਪਾਕ ਇਹ ਬਰਕਤ ਪਾਵੇ ਤੁਸੀਂ ਦੁਆ ਕਰਨਾ ਤੇ ਅੱਲਾ ਪਾਕ ਨਜ਼ਰੇ ਬਾਤ ਤੋਂ ਬਚਾਵੇ ਅਰਸ਼ੀ ਭਾਈ ਨੂੰ ਜੀ ਤੇ ਬਾਜ਼ਾਰ ਵੀ ਦੁਆ ਕਰਨਾ ਸਹੀ ਰਵੇ ਹਾਲੇ ਫਿਲਹਾਲ ਸਹੀ ਹੈ ਇਨਸ਼ਾਅੱਲਾ ਅੱਲਾ ਪਾਕ ਰੋਜ਼ੀ ਦੇਗਾ ਭਾਈ ਨੂੰ ਤੇ ਅਰਸ਼ੀ ਭਾਈ ਨੇ ਆਲੂ ਵਗੈਰਾ ਹੀ ਲਾਏ ਆਲੂ ਹੀ ਲਾਏ ਸੀ ਜੀ ਜੀ ਬਿਲਕੁਲ ਭਾਈ ਜੀ ਲਾਏ 10-15 ਕਿੱਲੇ ਹਨ ਜੀ ਆਲੂ ਵੀ ਤੇ ਅਰਸ਼ੀ ਆਏ ਸਾਡਾ ਦਿਲ ਕੀਤਾ ਅਰਸ਼ੀ ਭਾਈ ਕੋਲ ਆਏ ਪਿੰਡ ਹੈ ਥੋੜੀ ਸਟ੍ਰਾਬਰੀ ਦਾ ਮਾਹੌਲ ਹੋਏ ਕਿ ਸਟ੍ਰਾਬਰੀ ਕਿਸ ਤਰ੍ਹਾਂ ਯਾਨੀ ਕਿ ਲੱਗਦੀ ਹੈ ਪਹਿਲੇ ਵਿਖਾਈਏ ਤੁਹਾਨੂੰ ਕੋਈ ਲੋਕ ਸਮਝਦੇ ਆ ਸਟ੍ਰਾਬਰੀ ਦਾ ਦਰਖਤ ਹੋਣਗੇ ਕੋਈ ਲੋਕ ਸਮਝਦੇ ਆ ਇਹਨਾਂ ਨਹੀਂ ਪਤਾ ਲੇਕਿਨ ਵੇਖ ਲਓ ਛੋਟੇ ਛੋਟੇ ਬੂਟੇ ਹੁੰਦੇ ਆ ਛਾਪਰ ਅਰਸ਼ੀ ਭਾਈ ਇਹ ਛਾਪਰ ਕਿਸ ਵਾਸਤੇ ਲਾਉਂਦੇ ਆ ਇਹ ਛਾਪਰ ਭਾਈ ਥੱਲੇ ਲਾਉਂਦੇ ਆ ਭਾਈ ਫਲ ਫੁੱਲ ਖਰਾਬ ਨਾ ਹੋਵੇ ਫਲੇ ਦੁੱਤੇ ਆਵੇ ਕੀੜਾ ਨਾ ਲੱਗੇ ਕੀੜੇ ਕੂੜੇ ਦੀ ਤਾਂ ਟੈਨਸ਼ਨ ਹੁੰਦੀ ਕੋਈ ਨਹੀਂ ਬਕਾਇਦੇ ਮਿੱਟੀ ਛਿੱਟੀ ਲੱਗਣ ਨਾਲ ਨਾ ਫਲ ਖਰਾਬ ਹੋ ਜਾਂਦੇ ਤੇ ਅਰਸ਼ੀ ਭਾਈ ਜਿਹੜਾ ਦੂਜਾ ਪਰਿੰਦੇ ਵਗੈਰਾ ਤਾਂ ਕੋਈ ਨਹੀਂ ਖਰਾਬ ਕਰਦੇ ਫਲ ਨਹੀਂ ਥੋੜੀ ਬਹੁਤੀ ਕਰਦੇ ਪਰ ਜੋ ਉਹਨਾਂ ਦਾ ਨਸੀਬ ਹੈ ਉਹਨਾਂ ਲੈ ਜਾਣਾ ਜੋ ਸਾਡਾ ਨਸੀਬ ਹੈ ਸਾਨੂੰ ਮਿਲਣਾ ਜੀ ਬਾਕੀ ਤੁਸੀਂ ਵੇਖ ਰਹੇ ਅਰਸ਼ੀ ਭਾਈ ਕੋਲ ਆਏ ਆ ਅਰਸ਼ੀ ਭਾਈ ਆਪਣੇ ਬਹੁਤ ਹੀ ਅੱਛੇ ਦੋਸਤ ਹੀ ਹਨ ਭਾਈ ਵੀ ਹਨ ਤੇ ਕਾਫੀ ਦਿਨਾਂ ਬਾਅਦ ਇਹਨਾਂ ਨਾਲ ਮੁਲਾਕਾਤ ਹੋਈ ਹੈ ਤਕਰੀਬਨ ਅਰਸ਼ੀ ਭਾਈ 6 ਮਹੀਨੇ ਤਾਂ ਹੋ ਗਏ ਪੱਕੇ ਜੀ ਇਤਨੇ ਤਕਰੀਬਨ ਹੋ ਗਏ ਅਸੀਂ ਮਸਰੂਫ ਰਹੇ ਹਾਂ ਮੇਰੀ ਮੋਟਰਸਾਈਕਲ ਚੋਰੀ ਹੋ ਗਈ ਹੈ ਅਰਸ਼ੀ ਭਾਈ ਤੁਹਾਨੂੰ ਪਤਾ ਲੱਗਾ ਹੋਣਾ ਜੀ ਬਿਲਕੁਲ ਭਾਈ ਜਨ ਬੜਾ ਅਫਸੋਸ ਹੋਇਆ ਜੀ ਹਾਂਜੀ ਬਸ ਤੂੰ ਆ ਕਰ ਉਹ ਨਵੀਂ ਲਈਏ ਤੇ ਅਸੀਂ ਆ ਕੇ ਅੱਜ ਮੇਲਾ ਨੇ ਅਰਸ਼ੀ ਭਾਈ ਬੜੀ ਗੱਲ ਹੈ ਭਾਈ ਜਨ ਬੜੀ ਗੱਲ ਹੈ ਇਹ ਮਾਸ਼ਾਅੱਲਾ ਇਹ ਰੰਗ ਆ ਰਿਹਾ ਵੇਖ ਲਓ ਦਿਲ ਅੱਧੀ ਲਾਲ ਹੋ ਗਈ ਹੈ ਤੇ ਬਕਾਇਆ ਥੋੜੀ ਇਹ ਵਾਰੇ ਜਾ ਜਿੰਨਾ ਤੱਕ ਇਹ ਵੀ ਲਾਲ ਹੋ ਜਾਏ ਪਰ ਲੈਣ ਖਰਾਬ ਨਹੀਂ ਹੋਣੀ ਹਨਾ ਖੁਰਮ ਭਾਈ ਹਾਂਜੀ ਅਰਸ਼ੀ ਭਾਈ ਤੇ ਜਿਹੜੀ ਜ਼ਿਆਦਾ ਤਿਆਰ ਭਰਨੀ ਹੈ ਨਾ ਅਜ਼ੀਮ ਭਾਈ ਇਹ ਵੇਖੋ ਸਭ ਤੋਂ ਪਹਿਲੇ ਇਹ ਫੁੱਲ ਨਿਕਲਦਾ ਹੈ ਫੁੱਲ ਨਿਕਲਣ ਤੋਂ ਬਾਅਦ ਇਹ ਵੇਖੋ ਇਹ ਥੋੜੇ ਜਿਹੇ ਫੁੱਲ ਇਹ ਫੁੱਲ ਤੋਂ ਬਾਅਦ ਦੂਸਰਾ ਪ੍ਰੋਸੈਸ ਹੈ ਥੋੜੀ ਜਿਹੀ ਸਟ੍ਰਾਬਰੀ ਦੀ ਸ਼ਕਲ ਆਉਂਦੀ ਹੈ ਫਿਰ ਇਹ ਜ਼ਿਆਦਾ ਹੈ ਵੇਖੋ ਸਬਜ਼ ਹੁੰਦੀ ਹੈ ਬਿਲਕੁਲ ਇਹ ਉੱਤੇ ਬੀ ਵੇਖ ਲਓ ਕਿਹਦਾ ਖੂਬਸੂਰਤ ਹੈ ਅੱਲਾ ਪਾਕ ਬੀ ਹੈਗੇ ਇਹੀ ਉਗਦੇ ਨੇ ਨਾ ਹਾਂ ਇਹ ਫੁੱਲ ਤੋਂ ਹੀ ਆ ਵੇਖ ਲਓ ਇਹ ਫੁੱਲ ਦੇ ਵਿੱਚੋਂ ਸਟ੍ਰਾਬਰੀ ਬਣ ਰਹੀ ਹੈ ਇਹ ਵੇਖੋ ਇਹ ਬੀ ਨੇ ਨਾ ਉਤਲੇ ਆਦੇ ਇਹ ਕਿਹਦਾ ਅੱਲਾ ਪਾਕ ਦਾ ਨਿਜ਼ਾਮ ਹੈ ਦੇਖ ਲਓ ਹੈ ਅਰਸ਼ੀ ਭਾਈ ਇਹ ਕਿੰਨੇ ਮਹੀਨੇ ਚ ਆਉਂਦੀ ਹੈ ਯਾਨੀ ਕਿ ਇਹ ਭਾਈ ਜਾਨ 3-1 ਮਹੀਨੇ ਲੱਗ ਜਾਂਦੇ ਨੇ ਅੱਛਾ ਹਾਂਜੀ ਪੌਦੇ ਤਿਆਰ ਹੁੰਦੇ ਤੇ 3 ਮਹੀਨੇ ਸਟ੍ਰਾਬਰੀ ਦੀ ਮੇਰੀ ਸ਼ਕਲ ਦੀ ਆਟੋ ਮੇਰੀ ਆਵੇ ਮੇਰੀ ਵੀ ਇਹ ਅਜ਼ੀਮ ਭਾਈ ਨੇ ਸਟ੍ਰਾਬਰੀਆਂ ਤੋੜੀਆਂ ਥੋੜੀ ਸੀ ਫਰੈਸ਼ ਬਿਲਕੁਲ ਫਰੈਸ਼ ਤਕਰੀਬਨ 2 ਮਿੰਟ ਵੀ ਨਹੀਂ ਹੋਏ ਇਸਕੋ ਤੋ ਫਰੈਸ਼ ਜੋ ਹੈ ਨਾ ਸਟ੍ਰਾਬਰੀ ਟੇਸਟ ਕਰਤੇ ਹੈ ਇਸਕਾ ਟੇਸਟ ਕੈਸਾ ਹੋਤਾ ਹੈ ਅਜ਼ੀਮ ਭਾਈ ਅਭੀ ਟੇਸਟ ਹੁਣ ਰੁਕ ਜਾ ਹੁਣ ਮੈਨੂੰ ਹੀ ਖਾਣ ਦੇ ਕੈਸਾ ਟੇਸਟ ਹੈ ਸਹੀ ਹੈ
वीआईपी है या नहीं? फ्रेश जो है ना स्ट्रॉबेरी, उसका टेस्ट ही कुछ अलग ही है। अजीम भाई, ये कितने किलो की टोकरी है और कितने की बिक रही है मंडी में? भाईजान 6-7 किलो की टोकरी होती है। कितने की बिक रही है? 1700-1800 की। 300 रुपये सेल हो रही है? हाँ जी। ये 300 रुपये सेल हो गए थे, 15 किलो भी हो गए थे, 1800 रुपये बन गए। 15 किलो नहीं, 5 किलो हो गए। 5 किलो जी। ते 5 किलो 300 रुपये अगे, 320-330 रुपये अगे दुकानदार सेल कर रहे ने। बस आइटमां पूरी करने की, कोई आइटम नहीं जो दुकानदार नहीं पूरे करते। अर्शी भाई को लाए, अर्शी भाई स्ट्रॉबेरी साडे वास्ते तोड़ी है, तुसीं नजर आ रहे है ते फ्रेश है। उत्ते कर अर्शी भाई ने दुकान बनाई हुई है ते नाल स्ट्रॉबेरी भी अर्शी भाई ने लाई हुई है। ए दुकान दे बिल्कुल सामने स्ट्रॉबेरी लाई हुई है। अर्शी भाई जो दो के लैन स्ट्रॉबेरी, पहले ना बगैर धुली हुई आई उस खाधी है, लेकिन वो बगैर धुली हुई खानी नहीं चाहिए। तो यह धुली हुई हूँ, चमक देखो खूबसूरत कि नहीं है। अच्छा रीम भाई टेस्ट हूँ, दोबारा करो। कैसा टेस्ट है?